तकरीबन 31,000 रुपये जित गए भी पिंड वाले नूं कोई बेनीफिट नहीं है। गेम फास्ट पैसों की हो गई पर बाहरले बंदे खड़ा के पिंड वाले आप नूं नहीं खेडण नूं मौका मिलता, जो पिछे बंदे ने उन्हां नूं नहीं मिलता। एक भीरे मैच खेडदा प्रेजेंट टाइम दे विच उहने अंपायर खड़ना, तो जे माड़ी जी भी कोई भी गल आ मेरा मैच तेरे नाल आ भीरे मैं अंपायर खड़ा, मैनूं पता तूं मैनूं मैच हरा सकदा मैं तैनूं आउट दे दूंगा। टैनिस क्रिकेट खासकर 6 ओवर आ, बहुत कहिंदे तू देख के खेड लैणा चाहिए आपां नूं जे वधिया बोलर आ, मैं कहिंदा जां तां बैट्समैन आउट हो जाए जां रन करे गल खत्म आ। ਉਹ ਕੀ ਕਰਦੇ ਨੇ ਵੀਰੇ, ਉਹ ਕਹਿ ਦਿੰਦੇ ਨੇ ਤੁਹਾਡੇ ਨੂੰ ਰਨਾਂ ਦੀ ਬਲੰਟੀ ਲਾ ਤੀ ਜੀ, ਇੱਕ ਬੋਲ 'ਤੇ 6 ਰਨ ਬਣ ਜਾਣਗੇ ਵੀਰੇ ਜੀ, ਜੇ ਤੈਨੂੰ 3 ਬੋਲਾਂ ਕੱਟਤੀਆਂ ਤੂੰ ਬਣਾਉਣੇ ਤਾਂ 30 ਰਨ ਨੇ ਵੀਰੇ, 3 ਬੋਲਾਂ ਕੱਟੀਆਂ ਗਈਆਂ ਤੂੰ 6 6 ਕਿਵੇਂ ਮਾਰ ਦੇਗਾ। ਜਦੋਂ ਪਿੰਡ ਵਾਲਾ ਕੋਈ ਖੜਾ ਹੁੰਦਾ ਅਗਲਾ ਕਹਿੰਦਾ ਨਹੀਂ ਜੀ ਇਹਨੇ ਜਾਣ ਕੇ ਦੇ ਦਿਉ, ਤੁਸੀਂ ਵੀਡੀਓ ਕੱਢ ਕੇ ਦੇਖ ਲਓ, ਉਹ ਗੱਲਾਂ ਵਧੀਆ ਨਹੀਂ ਲੱਗਦੀਆਂ ਮੈਚਾਂ ਦੇ ਵਿੱਚ। ਮੈਂ ਤੱਕ ਲਾਈਫ 'ਚ ਕਦੀ ਵੀ 1 ਰੁਪਿਆ ਵੀ ਕਿਸੇ ਬੰਦੇ ਤੋਂ ਮੰਗਿਆ ਹੋਵੇ, ਪਹਿਲਾਂ ਫੋਨ 'ਤੇ ਜਿਵੇਂ ਕਹਿੰਦੇ ਨੇ ਵੀ ਮੈਂ ਤੇਰੇ 'ਚ ਖੇਡਣਾ, ਮੈਨੂੰ ਕਾਲ ਆਉਂਦੀ ਬਾਈ ਤੂੰ ਖੇਡਣਾ, ਮੈਂ ਕਦੀ ਨਹੀਂ ਕਿਹਾ ਵੀਰੇ ਵੀ 1 ਰੁਪਏ ਲਊਂਗਾ, ਮੈਂ ਕਹਿੰਦਾ ਪ੍ਰੈਜੈਂਟ ਟਾਈਮ 'ਤੇ ਜੋ ਤੁਹਾਡਾ ਬਣਦਾ ਹੋਇਆ ਨਾ ਵੀਰੇ ਮੈਨੂੰ ਦੇ ਦਿਓ। ਅੱਜ ਕੱਲ੍ਹ ਕਹਿੰਦੇ ਨਾ ਲੋਕ ਵੀ ਤੂੰ ਦੇਖ ਕੇ ਖੇਡ ਸੀਰੀਜ਼ ਬਣ ਜਾਏਗਾ, ਮੇਰੇ ਨਾਲ ਦੇ ਵੀ ਕਹਿੰਦੇ ਬਾਈ ਤੇਰੇ 5 ਰਨ ਪਿੱਛੇ ਆ ਤੂੰ ਐਂ ਕਰ ਲਈ ਵੋ ਕਰ ਲਈ, ਮੈਂ ਕਹਿੰਦਾ ਵੀ ਜੋ ਮੇਰੀ ਨੈਚੁਰਲ ਆ ਮੈਂ ਉਹੀ ਕਰਦਾ। ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਬਰਨਾਲਾ ਦੇ ਵਿੱਚ, ਗੱਲ ਕਰਨ ਲੱਗੇ ਹਾਂ ਕਾਸਕੋ ਕ੍ਰਿਕਟ ਦੇ ਉਸ ਖਿਡਾਰੀ ਬਾਰੇ ਜਿਨ੍ਹਾਂ ਨੇ ਕਾਸਕੋ ਕ੍ਰਿਕਟ ਨੂੰ ਖੇਡਿਆ ਨਹੀਂ, ਖੇਡਣ ਦੇ ਨਾਲ ਨਾਲ ਬਹੁਤ ਜ਼ਿਆਦਾ ਪੜ੍ਹਿਆ। ਗੱਲ ਕਰਨ ਲੱਗੇ ਹਾਂ ਕਾਲੀ ਦੇ ਨਾਲ। ਸਤਿ ਸ਼੍ਰੀ ਅਕਾਲ ਬਾਈ, ਕਾਲੀ ਸਾਡੇ ਚੈਨਲ ਨਾਲ ਜੁੜਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਬਾਈ। ਅਤੇ ਕਾਸਕੋ ਕ੍ਰਿਕਟ ਦੀ ਗੱਲ ਕਰੀਏ ਤਾਂ ਵੀਰੇ, ਕਾਸਕੋ ਕ੍ਰਿਕਟ ਕਾਹਲੀ ਤੁਸੀਂ ਕਦੋਂ ਸ਼ੁਰੂਆਤ ਕੀਤੀ ਕਾਸਕੋ ਕ੍ਰਿਕਟ ਦੀ? ਕਾਸਕੋ ਕ੍ਰਿਕਟ ਤਕਰੀਬਨ ਵੀਰੇ ਮੈਂ ਬਾਹਰ 3-4 ਦੇ ਵਿੱਚ ਖੇਡਣ ਲੱਗਿਆ। ਫਸਟ ਮੈਂ ਧੌਲੇ 'ਚ ਖੇਡਦਾ ਹੁੰਦਾ ਸਟਾਰਟਿੰਗ ਦੇ, ਜਦੋਂ ਟੂਰਨਾਮੈਂਟ ਬਾਹਰ ਖੇਡਣ ਜਾਂਦੇ ਸੀ ਵੀ ਆਪਣੇ ਸ਼ਹਿਰ ਲਈ, ਤਾਂ ਮੈਂ ਤਕਰੀਬਨ 6 ਤੋਂ ਬਾਅਦ ਹੀ ਖੇਡਣ ਲੱਗਿਆ। ਉਦੋਂ ਪਹਿਲਾਂ ਮੈਂ ਧੌਲੇ ਲਈ ਖੇਡਿਆ ਸਭ ਤੋਂ ਪਹਿਲਾਂ ਟੈਨਿਸ ਕ੍ਰਿਕਟ, ਪਰ ਮੈਂ ਬਹੁਤ ਛੋਟੀ ਉਮਰ 'ਚ ਮੇਰੇ ਚਾਚਾ ਹੋਰੇ ਸਾਰੇ ਖੇਡਦੇ ਸੀਗੇ, ਅਤੇ ਅਸੀਂ ਗਲੀ ਕ੍ਰਿਕਟ ਲਾ ਲਓ ਬਹੁਤ ਛੋਟੀ ਉਮਰ 'ਚ ਖੇਡਣ ਲੱਗ ਗਏ ਸੀ। ਉਦੋਂ ਬਾਅਦ 'ਚ ਫਿਰ ਅਸੀਂ ਉਹਨਾਂ ਨਾਲ ਗਰਾਊਂਡ 'ਚ ਵੀ ਜਾਂਦੇ ਰਹੇ ਹਾਂ ਛੋਟੀ ਉਮਰ 'ਚ ਹੀ, ਤਕਰੀਬਨ ਵੀ ਮੈਂ ਉਹਨਾਂ 'ਚ ਫੀਲਡਿੰਗ ਕਰਾਉਂਦਾ ਸੀ ਉਸ ਟਾਈਮ 'ਤੇ, ਮੈਂ ਤਕਰੀਬਨ 12-13 ਸਾਲ ਦਾ ਹੁੰਦਾ ਸੀ ਜਦ ਮੈਂ ਸਟਾਰਟਿੰਗ ਕਰਤੀ ਸੀ। ਅਤੇ ਹੁਣ ਵੀ ਬਰਕਰਾਰ? ਹੁਣ ਵੀ ਖੇਡਦਾ ਵੀਰੇ, ਅਤੇ ਹੁਣ ਇਨਸ਼ਾਅੱਲਾ ਮੇਰਾ ਮੁੰਡਾ ਇੱਕ, ਆਪਾਂ ਉਹਨੂੰ ਖਿਡਾਉਣਾ, ਜਦੋਂ ਲੱਗ ਗਿਆ ਫਿਰ ਆਪਾਂ ਬੰਦ ਕਰਾਂਗੇ, ਉਦੋਂ ਪਹਿਲਾਂ ਨਹੀਂ ਕਰਦੇ। ਅੱਛਾ ਅੱਛਾ, ਹਾਂਜੀ। ਅਤੇ ਕਾਸਕੋ ਕ੍ਰਿਕਟ ਅਤੇ ਲੈਦਰ ਕ੍ਰਿਕਟ ਦੇ ਵਿੱਚ ਤੁਹਾਨੂੰ ਕੋਈ ਅੰਤਰ ਲੱਗਦਾ? ਸੁਣਿਆ ਵੀ ਲੈਦਰ ਕ੍ਰਿਕਟ ਵੀ ਤੁਸੀਂ ਉੱਨੀ ਵਧੀਆ ਖੇਡਦੇ ਹੋ ਜਿੰਨੀ ਵਧੀਆ ਕਾਸਕੋ ਕ੍ਰਿਕਟ ਖੇਡਦੇ? ਨਹੀਂ ਵੀਰੇ, ਦੇਖੋ ਇਹਦੇ ਵਿੱਚ ਫਰਕ ਤਾਂ ਬਹੁਤ ਆ, ਜ਼ਮੀਨ ਅਸਮਾਨ ਦਾ ਫਰਕ ਆ, ਹੈ ਨਾ। ਫਿਜ਼ੀਕਲੀ ਫਿਟਨੈਸ ਉੱਨੀ ਨਹੀਂ ਮੇਨਟੇਨ ਕਰ ਸਕਦਾ ਟੈਨਿਸ ਵਾਲਾ ਬੰਦਾ ਜਿੰਨੀ ਉਹਨਾਂ ਨੂੰ ਚਾਹੀਦੀ ਹੈ, ਹੈ ਨਾ। ਅਤੇ ਬਾਕੀ ਉਹਦੇ ਖੇਡਣ ਦੇ ਜਿਹੜੇ ਆਪਾਂ ਕਹਿੰਦੇ ਵੀ ਰੂਲਸ ਕੁਛ ਹੈਗੇ ਨੇ, ਬੈਟਿੰਗ ਫੜਨ ਦਾ, ਬੈਟ ਫੜਨ ਦਾ ਸਟਾਈਲ ਜਾਂ ਖੇਡਣ ਦਾ ਥੋੜ੍ਹਾ ਡਿਫਰੈਂਟ ਆ ਟੈਨਿਸ ਬੋਲ 'ਤੇ, ਉਹਦਾ ਫਰਕ ਹੈ। ਉਹ ਠੀਕ ਆ, ਬੈਟਸਮੈਨ ਦੇ ਗੇਮ ਦਾ ਬੰਦਾ ਆਪਣੇ ਆਪ ਹੈਂਡਲ ਕਰ ਲੈਂਦਾ, ਖੇਡਣ ਦਾ ਸਟਾਈਲ ਆ ਵੱਖਰਾ ਵੱਖਰਾ, ਪਰ ਉਹ ਹੈ ਫਰਕ ਹੈ ਦੋਨਾਂ ਦੇ ਗੇਮਾਂ ਦੇ ਵਿੱਚ, ਬਹੁਤ ਜ਼ਿਆਦਾ ਫਰਕ ਆ। ਪਹਿਲਾਂ ਵਾਲੀ ਕ੍ਰਿਕਟ ਦੇ ਵੀਰੇ ਹੁਣ ਵਾਲੀ ਕ੍ਰਿਕਟ ਦੇ ਵਿੱਚ ਤੁਹਾਨੂੰ ਕੀ ਫਰਕ ਲੱਗਦਾ ਗਾ? ਨਹੀਂ, ਹੁਣ ਵਾਲੀ ਅਤੇ ਪਹਿਲਾਂ ਵਾਲੀ ਕ੍ਰਿਕਟ 'ਚ ਬਾਈ ਫਰਕ ਇਹੀ ਆ, ਅੱਜ ਕੱਲ੍ਹ ਕ੍ਰਿਕਟ ਜ਼ਿਆਦਾ ਪੈਸੇ ਵਾਲੀ ਹੋ ਗਈ, ਅਤੇ ਪਹਿਲਾਂ ਪੈਸਾ ਨਹੀਂ ਹੁੰਦਾ ਸੀ, ਪਰ ਅੱਜ ਕੱਲ੍ਹ ਤਾਂ ਪਹਿਲਾਂ ਵਾਲੀ ਕ੍ਰਿਕਟ 'ਚ ਫਰਕ ਬਹੁਤ ਪੈ ਗਿਆ ਯਾਰ ਪੈਸੇ ਕਰਕੇ। ਓਨਲੀ ਪੈਸਾ ਜ਼ਿਆਦਾ ਹੋਣ ਕਰਕੇ ਅੱਜ ਕੱਲ੍ਹ ਪਲੇਅਰ ਆਪਾਂ ਦੇਖਦੇ ਹਾਂ ਸਾਰੇ ਇੰਟਰਵਿਊਆਂ 'ਚ ਸੁਣਦੇ ਹਾਂ ਜਾਂ ਗਰਾਊਂਡਾਂ 'ਚ, ਹੈ ਨਾ, ਵੀ ਪੈਸੇ ਕਰਕੇ ਜੇ ਉਹ ਹੋ ਗਿਆ। ਪੁਰਾਣੇ ਖੇਡਦੇ ਸੀ ਤਾਂ ਇੱਦਾਂ ਦਾ ਕੋਈ ਗੱਲਬਾਤ ਨਹੀਂ ਹੁੰਦੀ ਸੀ, ਕੋਈ ਕਿੱਥੋਂ ਦਾ ਮਰਜ਼ੀ ਖੇਡ ਰਿਹਾ ਕੋਈ ਨਹੀਂ, ਇਹ ਕੋਈ ਇਸ਼ੂ ਨਹੀਂ ਹੁੰਦੇ ਸੀ ਉਦੋਂ। ਹੁਣ ਪਤਾ ਨਹੀਂ ਪੈਸੇ ਜ਼ਿਆਦਾ ਹੋਣ ਕਰਕੇ ਇਸ਼ੂ ਬਣਨ ਲੱਗ ਗਏ ਕ੍ਰਿਕਟ ਦੇ ਜੀ। ਹੁਣ ਕ੍ਰਿਕਟ ਦੇ ਵਿੱਚ ਵੱਡੇ ਵੱਡੇ ਨਾਮ ਰੱਖੇ ਜਾਂਦੇ ਨੇ, ਅਤੇ ਪਹਿਲਾਂ ਕ੍ਰਿਕਟ ਦੇ ਵਿੱਚ 2100-3100 ਨਾਮ ਹੁੰਦਾ ਸੀਗਾ। ਅੱਜ ਵੀਰੇ ਮੈਂ ਕਹਿੰਦਾ ਮੈਂ ਆਪਦੀ ਲਾਈਫ 'ਚ ਸਭ ਤੋਂ ਪਹਿਲਾਂ 11,000 ਰੁਪਇਆ ਧੂਰੀ ਨਾਈਟ ਖੇਡੇ ਸੀਗੇ ਜੀ ਸ਼ਾਇਦ, ਅਤੇ 21,000 ਰੁਪਇਆ ਸਭ ਤੋਂ ਪਹਿਲਾਂ ਅਸੀਂ ਸਲਾਬਤਪੁਰੇ ਜਿੱਤੇ ਸੀ ਵੀਰੇ, ਉਹ ਮੇਰੀ ਲਾਈਫ ਦਾ ਸਭ ਤੋਂ ਪਹਿਲਾਂ ਵੱਡਾ ਟੂਰਨਾਮੈਂਟ ਸੀ 21,000 ਰੁਪਇਆ। ਨਹੀਂ, ਅਸੀਂ 5100-3100 ਤੋਂ ਵੱਧ ਕੋਈ ਟੂਰਨਾਮੈਂਟ ਨਹੀਂ ਹੁੰਦਾ ਸੀ, ਜਾਂ ਨਾਈਟ ਹੁੰਦਾ ਹੁੰਦਾ ਸੀ ਮਲੇਰਕੋਟਲੇ, ਸੋਰੀ ਧੂਰੀ ਜੀ, ਉਹ ਹੁੰਦਾ ਹੁੰਦਾ ਸੀ 11,000 ਰੁਪਇਆ ਤਕਰੀਬਨ। ਅਤੇ ਉਦੋਂ ਬਾਅਦ 'ਚੋਂ ਪਹਿਲਾਂ ਸਾਡੇ ਸਲਾਬਤਪੁਰੇ ਹੋਇਆ ਸੀਗਾ ਆਪਣੇ ਬਠਿੰਡੇ ਜ਼ਿਲ੍ਹੇ ਦਾ, ਉੱਥੇ 21,000 ਰੁਪਇਆ ਟੂਰਨਾਮੈਂਟ ਹੋਇਆ ਸੀ, ਅਸੀਂ ਉਹ ਫਸਟ ਪ੍ਰਾਈਜ਼ ਸਭ ਤੋਂ ਵੱਡਾ ਉਦੋਂ ਜਿੱਤੇ ਸੀਗੇ ਜੀ। ਹੁਣ ਤੱਕ ਤੁਸੀਂ ਕਿੰਨੀਆਂ ਕੁ ਸੀਰੀਜ਼ਾਂ ਜਿੱਤੇ ਹੋਗੇ ਜਿਹਦੇ ਵਿੱਚ ਨਗਦ ਰਾਸ਼ੀਆਂ ਜਾਂ ਮੋਟਰਸਾਈਕਲ ਵਗੈਰਾ? ਨਹੀਂ, ਨਗਦ ਰਾਸ਼ੀਆਂ ਵਾਲੇ ਤਕਰੀਬਨ ਮੈਂ ਜਿੱਤੇ ਵੀਰੇ 4-5, ਹੈ ਨਾ। ਅਤੇ ਮੈਂ ਇੱਕ ਕੂਲਰ ਜਿੱਤਿਆ ਜੀ,
ਬਾਕੀ ਕਿਸਮਤ ਮਾੜੀ ਲਾ ਲਓ ਵੀਰੇ, ਦੋ ਵਾਰੀ ਮੈਂ ਤਿੰਨ ਵਾਰੀ ਮੈਂ ਨਹੀਂ ਕਦੀ ਵੈਸੇ ਕ੍ਰਿਕਟ ਆਪਾਂ ਖੇਡਦੇ ਆਪਾਂ ਸ਼ੁਰੂ ਤੋਂ ਕਿਸੇ ਠੀਕ ਹੈ ਮੈਚ ਜਿੱਤਣ ਲਈ ਖੇਡਦੇ ਹਾਂ ਸੀਰੀਜ਼ ਪਿੱਛੇ ਜਾਂ ਕਦੀ ਸ਼ੁਰੂ ਤੋਂ ਪਤਾ ਨਹੀਂ ਨੇਚਰ ਹੀ ਇੱਦਾਂ ਦਾ ਵੀਰੇ ਜਦੋਂ ਦੀ ਗੇਮ ਅਸੀਂ ਸ਼ੁਰੂ ਕਰੀ ਹੈ ਨਾ ਤਾਂ ਉਦੋਂ ਅਸੀਂ ਗੇਮ ਲਈ ਖੇਡਿਆ ਵੀ ਆਪਦੀ ਇਕੱਲੇ ਨੂੰ ਦੇਖਣਾ ਵੀ ਹਾਂ ਮੈਂ ਇੱਥੇ ਐਂ ਕਰਨਾ ਜਾਂ ਮੈਂ ਸੀਰੀਜ਼ ਬਣ ਜੂ ਉਹ ਚੀਜ਼ਾਂ ਪਤਾ ਨਹੀਂ ਅਸੀਂ ਸ਼ੁਰੂ ਤੋਂ ਗੇਮ ਉਹ ਖੇਡਣ ਕਰਕੇ ਸਾਡੇ ਮਨ 'ਚ ਨਹੀਂ ਆਉਂਦੀਆਂ ਅੱਜ ਕੱਲ੍ਹ ਕਹਿੰਦੇ ਨਾ ਲੋਕ ਵੀ ਤੂੰ ਦੇਖ ਕੇ ਖੇਡ ਸੀਰੀਜ਼ ਬਣ ਜਾਏਗਾ ਮੇਰੇ ਨਾਲ ਦੇ ਵੀ ਕਹਿੰਦੇ ਬਾਈ ਤੇਰੇ 5 ਰਨ ਪਿੱਛੇ ਆ ਤੂੰ ਐਂ ਕਰ ਲਈ ਉਹ ਕਰ ਲਈ ਮੈਂ ਕਹਿੰਦਾ ਵੀ ਜੋ ਮੇਰੀ ਨੈਚੁਰਲ ਆ ਮੈਂ ਉਹੀ ਕਰਦਾ ਅਤੇ ਮੈਂ 2-4 ਵਾਰੀ 5 ਰਨਾਂ 'ਤੇ ਪਤਾ ਨਹੀਂ ਸੁੱਖੀ ਨੂੰ ਹਾਰਿਆ ਬਾਈ ਮੋਟਰਸਾਈਕਲ ਇੱਕ ਵਾਰ ਮੈਂ ਜਦੋਂ ਕੂਲਰ ਜਿੱਤਿਆ ਉਦੋਂ ਸਕੂਟਰ ਹਾਰਿਆਂਗਾ ਉਦੋਂ ਮੈਂ ਸੈਕਿੰਡ ਬੈਸਟ ਬੈਟਸਮੈਨ ਬਣਿਆ ਦੋਨੇ ਵਾਰੀ ਅਤੇ ਮੈਂ ਇੱਕ ਇੱਕ ਵਾਰੀ 2 ਵਾਰੀ ਤਕਰੀਬਨ ਮੋਟਰਸਾਈਕਲ ਸਕੂਟਰ ਤੁਰਿਆ ਜੀ। ਹੁਣ ਟੂਰਨਾਮੈਂਟ ਦੇ ਵਿੱਚ ਇਨਾਮ ਵੱਡੇ ਹੁੰਦੇ ਨੇਗੇ ਅਤੇ ਓਵਰ ਬਹੁਤ ਘੱਟ ਹੁੰਦੇ ਨੇ ਹਾਂਜੀ ਹਾਂ ਅਤੇ ਇੱਕ ਟੂਰਨਾਮੈਂਟ 2 ਬਾਹਰੋਂ ਜਾਂ 1 ਬਾਹਰੋਂ ਦੇ ਹੁੰਦੇ ਨੇ ਇਹਦੇ ਬਾਰੇ ਤੁਸੀਂ ਜ਼ਿਆਦਾਤਰ ਨਰੋਲ ਖੇਡਣਾ ਪਸੰਦ ਕਰਦੇ ਹੋ ਜਾਂ 2 ਬਾਹਰੋਂ ਜਾਂ 1 ਬਾਹਰੋਂ 'ਚ? ਇਹ ਤਾਂ ਵੀਰੇ ਹੁਣ ਮੈਂ ਕਹਿੰਦਾ 5-10 ਕੁ ਸਾਲਾਂ ਦਾ ਚੱਲਣ ਲੱਗਿਆ ਇਹ ਕੰਮ। ਉਦੋਂ ਪਹਿਲਾਂ ਕੋਈ ਕਿੱਥੋਂ ਦਾ ਮਰਜ਼ੀ ਖੇਡਦਾ ਸੀਗਾ ਹੈ ਨਾ, ਕੋਈ ਪੁੱਛਦਾ ਨਹੀਂ ਸੀਗਾ, ਸਾਰੇ ਵੀ ਕਹਿੰਦੇ ਬਾਬ ਗੇਮ ਹੀ ਖੇਡਦੇ ਸੀ। ਅੱਜ ਕੱਲ੍ਹ ਇਹ ਰੂਲ ਚੱਲਿਆ 2 ਬਾਹਰੋਂ ਦਾ ਤਾਂ ਉਹਦੇ ਵਿੱਚ ਵੀਰੇ ਇੱਕ ਹੀ ਗੱਲ ਵੀ ਹੈ, ਪਿੰਡ ਵਾਲਿਆਂ ਨੂੰ ਕੁਛ ਨਹੀਂ ਬੈਨੀਫਿਟ, ਕੋਈ ਨਹੀਂ ਟੂਰਨਾਮੈਂਟ ਜਿੱਤ ਕੇ ਵੀ ਨਹੀਂ ਬੈਨੀਫਿਟ ਹੈਗਾ ਵੀਰੇ। ਜੇ ਮੇਰੇ ਤਾਂ ਨਹੀਂ ਜਗੀਨ ਤਾਂ ਪਿੰਡ ਵਾਲਿਆਂ ਦੇ ਆਪ ਹੀ ਕਮਿੰਟ ਆ ਜਾਣੇ, ਉਹਨਾਂ ਨੂੰ ਪਤਾ ਲੱਗ ਜਾਣਾ ਹੈ ਨਾ। ਤੁਸੀਂ ਵੀ ਦੇਖਦੇ ਹੋ ਤਕਰੀਬਨ 31,000 ਰੁਪਈਆ ਜਿੱਤ ਕੇ ਵੀ ਪਿੰਡ ਵਾਲਿਆਂ ਨੂੰ ਕੋਈ ਬੈਨੀਫਿਟ ਨਹੀਂ ਹੈਗਾ, ਗੇਮ ਫਾਸ ਪੈਸਿਆਂ ਦੀ ਹੋ ਗਈ, ਪਰ ਬਾਹਰਲੇ ਬੰਦੇ ਖੜਾ ਕੇ ਪਿੰਡ ਵਾਲਿਆਂ ਨੂੰ ਆਪ ਨੂੰ ਨਹੀਂ ਖੇਡਣ ਨੂੰ ਮੌਕਾ ਮਿਲਦਾ, ਜੋ ਪਿੱਛੇ ਬੰਦੇ ਨੇ ਉਹਨਾਂ ਨੂੰ ਨਹੀਂ ਮਿਲਦਾ, ਬਹੁਤ ਬੰਦੇ ਨੇ ਜਿਹੜੇ ਰਹਿ ਜਾਂਦੇ ਸ਼ਹਿਰਾਂ 'ਚ। ਹੁਣ ਬਈ ਅਸੀਂ ਨਰੋਲ ਖੇਡਦੇ ਹਾਂ, ਠੀਕ ਹੈ ਵੀ ਅਸੀਂ ਕਹਿੰਦੇ ਵੀ ਸਿਟੀ ਸਾਡੀ ਵਾਲਾ ਤਾਂ ਘੱਟ ਹੀ ਖੇਡਦੇ ਹੁਣ ਵੀਰੇ ਤੁਹਾਡੇ ਸਾਹਮਣੇ ਹੈ ਹੈ ਨਾ, ਅਤੇ ਖੇਡਣ ਦੇ ਵਿੱਚ ਦੋ ਨਾਲ ਫਰਕ ਤਾਂ ਪੈਂਦਾ ਵੀਰੇ। ਅੱਗੇ ਹੁੰਦੀ ਸੀ ਕ੍ਰਿਕਟ ਕੋਈ ਕਿੱਥੋਂ ਮਰਜ਼ੀ ਖੇਡਦਾ, ਕੋਈ ਕਿਸੇ ਨੂੰ ਲੇਗਾ ਦੇਗਾ ਨਹੀਂ ਸੀ, ਅਗਲੇ ਕਿੰਨੇ ਗੇਮ ਖੇਡਣੀ ਆ ਗੱਲ ਓਕੇ ਆ, ਬਸ ਇੰਨਾ ਕੀ ਹੁੰਦਾ ਸੀ। ਲੋਕ ਕਹਿੰਦੇ ਨੇ ਵੀ ਜਿਹੜੇ ਬਾਹਰੋਂ ਖੇਡਦੇ ਨੇ ਪਲੇਅਰ ਉਹ ਜ਼ਿਆਦਾਤਰ ਪੈਸੇ ਦੇ ਲਈ ਖੇਡਦੇ ਨੇ, ਤੁਹਾਡੀ ਪਸੰਦੀਦਾ ਟੀਮ ਕਿਹੜੀ ਹੈ ਜਿਹਦੇ ਵਿੱਚ ਤੁਸੀਂ ਸਭ ਤੋਂ ਵੱਧ ਖੇਡਦੇ ਹੋ? ਫਿਲਹਾਲ ਵੀਰੇ ਮੈਂ ਦੇਖੋ ਪੈਸੇ ਵਾਲੀ ਗੱਲ ਆਈ ਪਹਿਲਾਂ ਤਾਂ ਹੈ ਨਾ, ਮੈਂ ਅੱਜ ਤੱਕ ਤੁਸੀਂ ਪੁੱਛ ਸਕਦੇ ਹੋ ਬਾਈ ਜਿੰਨੇ ਵੀ ਵੀਡੀਓ ਦੇਖਣਗੇ ਕਮੈਂਟ ਜ਼ਰੂਰ ਕਰਿਓ, ਮੈਂ ਅੱਜ ਤੱਕ ਲਾਈਫ 'ਚ ਕਦੀ ਵੀ 1 ਰੁਪਈਆ ਵੀ ਕਿਸੇ ਬੰਦੇ ਤੋਂ ਮੰਗਿਆ ਹੋਵੇ, ਪਹਿਲਾਂ ਫੋਨ 'ਤੇ ਜਿਵੇਂ ਕਹਿੰਦੇ ਨੇ ਵੀ ਮੈਂ ਤੇਰੇ 'ਚ ਖੇਡਣਾ, ਮੈਨੂੰ ਕਾਲ ਆਉਂਦੀ ਬਾਈ ਤੂੰ ਖੇਡਣਾ, ਮੈਂ ਕਦੀ ਨਹੀਂ ਕਿਹਾ ਵੀਰੇ ਵੀ 1 ਰੁਪਏ ਲਊਂਗਾ। ਮੈਂ ਕਹਿੰਦਾ ਪ੍ਰੈਜੈਂਟ ਟਾਈਮ 'ਤੇ ਜੋ ਤੁਹਾਡਾ ਬਣਦਾ ਹੋਇਆ ਨਾ ਵੀਰੇ ਮੈਨੂੰ ਦੇ ਦਿਓ, ਕੋਈ ਚੱਕਰ ਨਹੀਂ। ਅਤੇ ਬਾਕੀ ਜਿਹੜੀ ਗੱਲ ਆਪਾਂ ਦੂਜੀ ਕਰਦੇ ਸੀ ਅਤੇ ਕਿਹੜੀ ਟੀਮ 'ਚ, ਅਤੇ ਉਹ ਵੀਰੇ ਪਹਿਲਾਂ ਲਾ ਲਓ ਧੌਲਾ ਖੇਡਦਾ ਹੁੰਦਾ ਸੀ, ਮੈਂ ਸ਼ੁਰੂ ਤੋਂ ਧੌਲੇ 'ਚ ਖੇਡਿਆ ਮੋਸਟਲੀ ਉਹਨਾਂ 'ਚ ਖੇਡਦਾ ਸੀ, ਅਤੇ ਹੁਣ ਵੀਰੇ ਆਪਣੇ ਨੇੜੇ ਜਿਵੇਂ ਹੰਡਿਆਏ ਦੀ ਟੀਮ ਹੈ ਜ਼ਿਆਦਾਤਰ ਇਹਨਾਂ 'ਚ ਖੇਡਦਾ। ਕਰਮਗੜ ਆਪਣੇ ਮੁੰਡਾ ਕੱਟੂ ਵਾਲੀਆਂ ਕੋਲ ਪੈਂਦਾ ਨਾ, ਉਹ ਵਾਲੀਆਂ ਦੇ ਮੁੰਡੇ ਵਿੱਚ ਵੀ ਖੇਡਿਆ ਵੀ ਲੋਕਲ ਸਾਡੇ ਬਰਨਾਲੇ ਜ਼ਿਲ੍ਹੇ 'ਚ ਮੈਂ ਸਾਰਿਆਂ 'ਚ ਖੇਡਿਆ। ਇਸ ਟਾਈਮ ਪ੍ਰੈਜੈਂਟ ਟਾਈਮ ਦੇ ਵਿੱਚ ਮੈਂ ਹੰਡਿਆਏ ਖੇਡਦਾ ਵੀਰੇ, ਹੰਡਿਆਏ 'ਚ ਫਿਟਨਾ ਵਧੀਆ ਲੱਗਦਾ ਬੰਦੇ ਹਾਣ ਦੇ, ਬਾਕੀ ਮਿਲਣ ਵਰਤਣਾ ਵੀਰੇ ਸਾਡਾ ਡੇਲੀ ਵਾਲਾ, ਇਕੱਠੇ ਖੇਡਦੇ ਹਾਂ ਤਾਂ ਕਰਕੇ ਉਹਨਾਂ 'ਚ ਖੇਡਣਾ ਥੋੜ੍ਹਾ ਵਧੀਆ ਲੱਗਦਾ। ਹੁਣ ਤੱਕ ਤੁਸੀਂ ਕਿਹੜੇ ਕਲੱਬ ਵੱਲੋਂ ਜ਼ਿਆਦਾਤਰ ਟੂਰਨਾਮੈਂਟ ਖੇਡੋ ਜਿਹੜੇ ਆਲ ਓਪਨ ਦੇ? ਆਲ ਓਪਨ ਵੀਰੇ ਅਸੀਂ ਖੇਡਦੇ ਹੁੰਦੇ ਸੀਗੇ ਜ਼ਿਆਦਾਤਰ, ਉਸ ਟਾਈਮ 2 ਕਲੱਬ ਹੀ ਹੁੰਦੇ ਸੀ ਵੀਰੇ ਜੇ ਤਕੜੇ ਕਹੀਏ ਤਾਂ, ਇੱਕ ਹੁੰਦਾ ਸੀ ਸ਼ੇਰਗੜ੍ਹ ਚੀਮੇ ਵਾਲੇ ਜੀ, ਠੀਕ ਹੈ ਜੀ, ਜਿਵੇਂ ਮਣੀ ਹੁੰਦਾ ਸੀ, ਮਨਪ੍ਰੀਤ ਸੰਘੇੜੇ ਵਾਲਾ, ਛਿੰਦਾ ਭਾਂਤੀ ਵਰਗੇ ਬੇਅੰਤ ਵਰਗੇ ਅੱਡ ਖੇਡਦੇ ਹੁੰਦੇ ਸੀ ਵੀਰੇ, ਅਤੇ ਅਸੀਂ ਹੁੰਦੇ ਸੀ ਸੀਪਾ ਧੂਰੀ, ਮੈਂ ਸੁੱਖੀ ਭਾਨੀਗੜ੍ਹ ਵਾਲਾ ਵੀਰੇ, ਅਤੇ ਜੋਨੀ ਧੂਰੀ ਸਾਡਾ ਕਲੱਬ ਹੁੰਦਾ ਜੀ, ਜਖਲਾ ਕਲੱਬ ਵੀਰੇ, ਸੀਪਾ ਮੁੰਡਾ ਬਾਹਰ ਚਲਿਆ ਗਿਆ ਜਿਹੜਾ ਹੈ ਨਾ, ਉਹ ਅਸੀਂ ਖੇਡਦੇ ਸੀ ਸਾਡਾ ਕਲੱਬ ਮੋਸਟਲੀ। ਇਹ 2 ਕਲੱਬ ਵੀ ਜ਼ਿਆਦਾਤਰ ਉਸ ਟਾਈਮ ਦੇ ਵਿੱਚ ਜਿੰਨਾ ਟਾਈਮ ਮੈਂ ਖੇਡਿਆ ਵਧੀਆ ਖੇਡਿਆ ਉਹ ਟਾਈਮ ਅਸੀਂ 2 ਕਲੱਬ ਹੁੰਦੇ ਸੀ ਜਿਹੜੇ ਵੀ ਹਾਂ ਐਂ ਹੁੰਦਾ ਸੀ ਇਹ 2 ਆ ਗਏ 1 ਜਿੱਤੂਗੀ, ਡੈਫੀਨੇਟਲੀ 1 ਨੇ ਬਾਹਰ ਜਾਣਾ ਅਤੇ 1 ਪੱਕਾ ਨਾਮ ਲਾ ਕੇ ਜਾਓ। ਜਦੋਂ ਕਿਤੇ ਬਰਨਾਲੇ ਦਾ ਮੈਚ ਹੁੰਦਾ ਸੀ ਬਰਨਾਲੇ ਦਾ ਲਗਭਗ, ਉਦੋਂ ਕਹਿੰਦੇ ਮੰਗਤ ਅਤੇ ਕਾਲੀ ਦੀ ਜੋੜੀ ਤੋਂ ਲੋਕ ਬਹੁਤ ਡਰਦੇ ਸੀ? ਨਹੀਂ ਵੀਰੇ ਇਹ ਗੱਲ ਜ਼ਰੂਰ ਹੈ, ਉਹ ਬੰਦਾ ਜਿਵੇਂ ਮਰਜ਼ੀ ਸੀ ਉਹਦੀ ਗੇਮ, ਮੈਂ ਹੁਣ ਤੱਕ ਜਿੰਨੀ ਗੇਮ ਖੇਡੀ ਹੈ ਜਾਂ ਬੈਟਸਮੈਨ ਖੇਡਦੇ ਦੇਖੇ ਨੇ ਉਹਦੀ ਆਫ ਸਾਈਡ ਇੰਨਾ ਕੁ ਪਰਫੈਕਟ ਪਲੇਅਰ ਸੀਗਾ ਵੀ ਸਾਡੇ ਟਾਈਮ 'ਚ ਲਾ ਲਓ ਵੀ ਆਪਾਂ ਕਹਿੰਦੇ ਸਲੋਅਰ ਕਟਰ ਵਗੈਰਾ ਨਹੀਂ ਹੁੰਦੀਆਂ ਸੀਗੀਆਂ ਹੈ ਨਾ, ਬੰਦੇ ਨੂੰ ਪੇਸ ਹੁੰਦੀ ਸੀ, ਉਹ ਕਹਿੰਦਾ ਸੀ ਮੈਂ ਇੱਥੋਂ ਦੀ ਕੱਢ ਦੇਣੀ ਹੈ, ਬਾਊਂਸਰ ਮਾਰੂੰਗਾ ਜਾਂ ਵਿਕਟ ਯੋਰਕਰ ਮਾਰੂੰਗਾ, ਤਾਂ ਉਹ ਬੰਦੇ ਦਾ ਖੇਡਣ ਦਾ ਸਟਾਈਲ ਇੰਨਾ ਕੁ ਵਧੀਆ ਹੁੰਦਾ ਸੀ, ਆਫ ਸਾਈਡ ਆਫ ਸਾਈਡ ਬੰਦੇ ਨੂੰ ਇੰਨਾ ਖੇਡਦਾ ਸੀ ਵੀ ਮੇਰੇ ਤੱਕ ਜਦੋਂ ਨੂੰ ਬੋਲ ਮੈਂ ਫੇਸ ਕਰਨਾ ਹੁੰਦਾ ਸੀ ਉਹ ਬੋਲਰ ਨੂੰ ਇੰਨਾ ਕੁ ਮੈਂਟਲੀ ਅਪਸੈਟ ਕਰ ਦਿੰਦਾ ਸੀ ਵੀ ਉਹ ਬੋਲਰ ਮੈਨੂੰ ਚੂਜ਼ ਨਹੀਂ ਕਰ ਸਕਦੇ ਮੈਂ ਇਹਨੂੰ ਕੀ ਪਾਵਾਂ, ਤਾਂ ਉਹ ਕਹਿਣ ਦਾ ਭਾਵ ਵੀ ਇੰਨਾ ਕੁ ਵਧੀਆ ਖੇਡਦਾ ਸੀ, ਚਲੋ ਵਿਛੜ ਗਿਆ ਜੋ ਹੋ ਨਹੀਂ ਸਕਦਾ ਪੂਰੀ ਘਾਟ, ਅਤੇ ਕ੍ਰਿਕਟ ਦੇ ਵਿੱਚ ਮੈਨੂੰ ਇਸ ਗੱਲ ਦੀ ਸਾਰੀ ਜ਼ਿੰਦਗੀ ਘਾਟ, ਜਿੰਨਾ ਚਿਰ ਮੈਂ ਖੇਡੂੰਗਾ ਇਹ ਰਹੂਗੀ। ਹੁਣ ਤੱਕ ਤੁਹਾਡਾ ਪਸੰਦੀਦਾ ਬੈਟਸਮੈਨ ਕੌਣ ਆ ਕਾਸਕੋ ਦੇ ਵਿੱਚ? ਨਹੀਂ ਬਈ ਮੇਰਾ ਪਸੰਦੀਦਾਰ ਮੰਗਤ ਹੀ ਰਿਹਾ ਅਤੇ ਰਹੂਗਾ। ਠੀਕ, ਅਤੇ ਹੁਣ ਤੱਕ ਤੁਸੀਂ ਕਿਹੜੇ ਬੋਲਰ ਤੋਂ, ਮੰਨ ਕੇ ਚਲੋ ਵੀ ਆਪਾਂ ਨੂੰ ਡਰ ਹੁੰਦਾ ਗਾ ਵੀ ਯਾਰ ਆਹ ਬੋਲਰ ਨੂੰ ਮੈਂ ਨਹੀਂ ਖੇਡਣਾ ਗਾ, ਅਤੇ ਕਿਹੜੇ ਬੋਲਰ ਤੋਂ ਤੁਹਾਨੂੰ ਡਰ ਲੱਗਦਾ? ਮੈਂ ਅੱਜ ਤੱਕ ਵੀ ਐਵੇਂ ਕਹਾਂ ਕਿਸੇ ਤੋਂ ਨਹੀਂ ਡਰਿਆ, ਮੈਂ ਆਊਟ ਹੋਣਾ ਵੀਰੇ
ਬੋਲਰ ਠੀਕ ਹੈ ਵੀਰੇ ਅੱਜ ਦੇ ਟਾਈਮ 'ਚ ਵਧੀਆ ਨੇ ਸਾਰੀ, ਜਿਵੇਂ ਬਲੈਕੀ ਲਾ ਲਓ ਕੋਈ ਵੀ ਲਾ ਲਿਆ ਵਧੀਆ, ਪੇਸਰ ਬੋਲਰ ਆਸ਼ੂ ਆ ਠੀਕ ਹੈ। ਇੱਕ ਵਾਰ ਬੰਦਾ ਫੇਸ ਕਰਦਾ ਤਾਂ ਇੱਕ ਵਾਰ ਮਨ ਦੇ ਵਿੱਚ ਹੁੰਦਾ ਹੀ ਹੈ ਵੀ ਵਧੀਆ ਬੋਲਰ ਆ ਮੈਂ ਇਹਨੂੰ ਕਿਵੇਂ ਖੇਲਾਂ, ਹੈ ਨਾ, ਇਹ ਆਹ ਕਰੂਗਾ ਜਾਂ ਆਹ ਕਰੂਗਾ, ਕੋਈ ਵੀ ਅਲੱਗ ਅਲੱਗ ਹਰ ਇੱਕ ਬੋਲਰ ਦੇ ਥਰੂ ਹੁੰਦਾ। ਮਾੜਾ ਬੋਲਰ ਹੁੰਦਾ ਬੈਟਸਮੈਨ ਨੂੰ ਅੱਪ ਹੁੰਦਾ ਵੀ ਮੈਂ ਇਹਨੂੰ ਮਾਰ ਹੀ ਦੇਣਾ ਇਹ ਚੀਜ਼ ਦਾ, ਵਧੀਆ ਬੋਲਰ ਮੂਹਰੇ ਇੱਕ ਵਾਰ ਤਾਂ, ਜੋ ਵਧੀਆ ਬੈਟਸਮੈਨ ਆ ਚਾਹੇ ਮਾੜਾ ਬੈਟਸਮੈਨ ਆ ਉਹਨੂੰ ਇੱਕ ਵਾਰ ਵਧੀਆ ਬੋਲਰ ਦੇ ਮੂਹਰੇ ਤਾਂ ਮਾਇੰਡ ਥੋੜ੍ਹਾ ਹੁੰਦਾ, ਲਾਉਣਾ ਪੈਂਦਾ ਵੀ ਹਾਂ ਯਾਰ ਇਹ ਵਧੀਆ ਬੋਲਰ ਇਹਨੂੰ ਮੈਂ ਕਿਵੇਂ ਖੇਲੂੰਗਾ ਜੀ। ਤੁਹਾਡੀ ਫੈਮਿਲੀ ਦੇ ਵਿੱਚ ਕੌਣ ਕੌਣ ਆਉਣਾ? ਮੇਰੀ ਫੈਮਿਲੀ ਦੇ ਵਿੱਚ ਵੀਰੇ ਮੈਂ ਦੋ ਭਾਈ ਹਾਂ, ਇੱਕ ਅਸੀਂ ਸਿਸਟਰ ਹਾਂ, ਸਿਸਟਰ ਮੇਰੀ ਮੈਰਿਡ ਆ, ਭਾਈ ਵੀ ਅਸੀਂ ਦੋਨੇ ਮੈਰਿਡ ਹਾਂ, ਅਤੇ ਮੇਰਾ ਇੱਕ ਬੇਟਾ 10 ਸਾਲ ਦਾ, ਮੰਮੀ ਪਾਪਾ ਜੀ ਤਕਰੀਬਨ ਇੰਨੇ ਕੁ ਬੰਦੇ ਆ। ਬੇਟਾ ਵੀ ਤੁਹਾਡਾ ਬਹੁਤ ਵਧੀਆ ਖੇਡਦਾ ਦੇਖਿਆ ਜੀ, ਅੱਜ ਅਸੀਂ ਉਹਦੇ ਸ਼ਾਟ ਵੀ ਲਾਏ ਨੇ ਵਿੱਚ। ਅੱਛਾ ਜੀ, ਹਾਂ ਬਹੁਤ ਵਧੀਆ ਖੇਡਦਾ ਉਹ ਵੀ। ਹਾਂ ਹਾਂ ਵੀਰੇ, ਬਸ ਮੈਂ ਆਪਦੇ ਘਰਦਿਆਂ ਨੂੰ ਵੀ ਦੱਸਿਆ ਸੀ ਵੀ ਜਦੋਂ ਮੇਰਾ ਬੇਟਾ ਖੇਡਣ ਲੱਗ ਗਿਆ ਉਦੋਂ ਮੈਂ ਛੱਡ ਦੇਣੀ ਆ ਜੀ, ਹੁਣ ਉਹ ਖੇਡਣ ਲੱਗ ਜਾਣਾ ਉਹਨੇ ਥੋੜ੍ਹੇ ਟਾਈਮ ਨੂੰ, ਬਸ ਉਦੋਂ ਆਪਾਂ ਛੱਡ ਦੇਣੀ ਆ, ਅਤੇ ਹੁਣ ਕ੍ਰਿਕਟ ਅਕੈਡਮੀ ਆਪਾਂ ਚਲਾਉਣਾ ਇੱਕ, ਅਤੇ ਉੱਥੇ ਪ੍ਰੈਕਟਿਸ ਕਰਦਾ ਬਾਈ ਮੇਰੇ ਨਾਲ, ਅਤੇ ਇਹਨੂੰ ਡੇਲੀ ਖੜਾਈਦਾ। ਚਲੋ ਜੋ ਵੀ ਆਪਾਂ ਨੂੰ ਹੁਨਰ ਦਿੱਤਾ ਰੱਬ ਨੇ, ਹੈ ਨਾ, ਪਹਿਲਾਂ ਮੇਰੇ ਚਾਚੇ ਤਾਏ ਖੇਡਦੇ ਸੀ, ਉਦੋਂ ਬਾਅਦ 'ਚੋਂ ਉਸ ਘਰ 'ਚੋਂ ਮੈਂ ਲੱਗਿਆ, ਅਤੇ ਹੁਣ ਸਾਡੇ ਘਰ 'ਚੋਂ ਮੇਰਾ ਬੇਟਾ ਵੀ ਚਾਹੁੰਦਾ ਵੀ ਇੱਕ ਬੰਦਾ ਸਾਡਾ ਕ੍ਰਿਕਟ ਰੈਗੂਲਰ ਖੇਡਦਾ ਰਹੇ। ਕਾਸਕੋ ਕ੍ਰਿਕਟ ਨੂੰ ਤੁਸੀਂ ਬਹੁਤ ਜ਼ਿਆਦਾ ਪੜ੍ਹਿਆ ਵੀਰੇ, ਕਾਫੀ ਸਾਲਾਂ ਤੋਂ ਤੁਸੀਂ ਕਾਸਕੋ ਕ੍ਰਿਕਟ ਨੂੰ ਖੇਡਦੇ ਆ ਰਹੇ ਹੋ ਹੁਣ ਤੱਕ, ਹੈ ਨਾ, ਵੀ ਤੁਸੀਂ ਕਾਸਕੋ ਕ੍ਰਿਕਟ ਬਾਰੇ ਹੁਣ ਆਪਾਂ ਨੂੰ ਕੀ ਸੁਧਾਰਾਂ ਦੀ ਲੋੜ ਹੈ? ਕਾਸਕੋ ਕ੍ਰਿਕਟ 'ਚ ਵੀਰੇ ਫਸਟ ਤਾਂ ਵੀਰੇ ਆਪਾਂ ਨੂੰ ਅੰਪਾਇਰਿੰਗ, ਠੀਕ ਹੈ, ਜਦੋਂ ਆਪਾਂ ਬਜਟ ਰੱਖ ਲੈਂਦੇ ਹਾਂ 2-2 ਲੱਖ ਰੁਪਏ ਦਾ, ਆਪਾਂ ਮੰਨੋ ਬਹੁਤ ਟੂਰਨਾਮੈਂਟ ਆ ਜਿਹੜੇ 5 ਲੱਖ ਦੇ ਬਜਟ 'ਚ ਹੁੰਦੇ, ਹੈ ਨਾ ਵੀਰੇ, 2-2 ਲੱਖ ਰੁਪਏ ਤਾਂ ਮੋਸਟਲੀ ਚਲੋ ਨੋਰਮਲੀ ਗੱਲ ਆ, ਜਦੋਂ 31 ਆਪਾਂ 21 ਰੱਖਿਆ 50 ਬਾਕੀ ਹੋ ਜਾਂਦਾ ਖਰਚਾ, ਉਹਦੇ ਵਿੱਚ ਵੀਰੇ ਆਪਾਂ ਨੂੰ ਅੰਪਾਇਰਾਂ ਦਾ ਜ਼ਰੂਰੀ ਦੇਖਣਾ ਚਾਹੀਦਾ। ਜਿਵੇਂ ਕਹਿ ਦਿੰਦੇ ਆ ਵੀ ਤੁਸੀਂ ਜਿੱਤ ਗਏ ਜੀ ਤੁਸੀਂ ਅੰਪਾਇਰ ਖੜੋ, ਇਹ ਗੱਲ ਗਲਤ ਆ ਯਾਰ, ਟੀਮਾਂ ਟਾਈਮ 'ਤੇ ਨਹੀਂ ਆਉਂਦੀਆਂ, ਉਹਨਾਂ ਕਰਕੇ ਹੀ ਮੈਚ ਲੇਟ ਹੁੰਦੇ ਆ। ਜੇ ਕਿਤੇ ਉਹੀ ਵੀਰੇ ਅੰਪਾਇਰ ਵੀ ਨਾਲੇ ਜਿਹੜੇ ਬੰਦੇ ਸਾਰੀ ਜ਼ਿੰਦਗੀ ਵੀਰੇ ਕ੍ਰਿਕਟ ਖੇਡਦਿਆਂ ਦੀ ਲੰਘ ਗਈ, ਹੈ ਨਾ, ਉਹ ਬੰਦੇ ਅੱਜ ਕੰਮ ਨਹੀਂ ਕਰ ਸਕਦੇ। ਜਿਵੇਂ ਮੈਨੂੰ ਹੀ ਲਾ ਲਓ ਵੀਰੇ, ਮੈਂ ਸਾਰੀ ਜ਼ਿੰਦਗੀ ਕੰਮ ਕ੍ਰਿਕਟ ਖੇਲੀ ਆ, ਜੇ ਹੁਣ ਮੈਨੂੰ ਕੰਮ ਕਰਨਾ ਪੈ ਜੇ ਵੀਰੇ ਕੋਈ, ਚਲੋ ਆਪਦੇ ਪੇਰੈਂਟਸ ਮਾਂ ਪਿਓ ਕਰਦੇ ਸਾਰਿਆਂ ਦਾ, ਆਪਾਂ ਨੂੰ ਕੋਈ ਕੰਮ ਕਰ ਦੇਣੇ ਮੈਂ ਕਰ ਲੂੰ, ਜਿਹੜੇ ਬੰਦਿਆਂ ਨੂੰ ਵੀਰੇ ਘਰੋਂ ਸਪੋਰਟ ਨਹੀਂ ਹੁੰਦੀ, ਹੈ ਨਾ, ਉਹ ਬੰਦਿਆਂ ਦਾ ਔਖਾ ਹੋ ਜਾਂਦਾ, ਉਹਨੂੰ ਫਿਰ ਸਾਰੀ ਜ਼ਿੰਦਗੀ ਖੇਡ ਕੇ ਵੀਰੇ ਕਿਤੇ ਸਟਾਰ ਬੰਦਾ ਫਿਰ ਮੁੜ ਕੇ ਦਿਹਾੜੀਆਂ ਕਰਦਾ, ਉਹ ਚੰਗੀ ਗੱਲ ਨਹੀਂ। ਤਾਂ ਆਪਾਂ ਨੇ ਜ਼ਿਲ੍ਹੇ ਵਾਲੇ ਜਿਹੜੇ ਟੂਰਨਾਮੈਂਟ ਕਰਾਉਂਦੇ ਆ, ਤਾਂ ਉਹਨਾਂ ਨੂੰ ਚਾਹੀਦਾ ਵੀਰੇ ਉਹ ਬੰਦਿਆਂ ਨੂੰ ਅੰਪਾਇਰਿੰਗ ਕਰਾਉਣ ਉੱਥੇ ਜੀ, ਉਹ ਨਿਊਟਰਲ ਬੰਦੇ ਦੀ ਅੰਪਾਇਰਿੰਗ, ਇੱਕ ਵੀਰੇ ਮੈਚ ਖੇਡਦਾ ਪ੍ਰੈਜੈਂਟ ਟਾਈਮ ਦੇ ਵਿੱਚ ਉਹਨੇ ਅੰਪਾਇਰ ਖੜਨਾ, ਤਾਂ ਉਹ ਜੇ ਮਾੜੀ ਜੀ ਵੀ ਕੋਈ ਵੀ ਗੱਲ ਆ, ਮੇਰਾ ਮੈਚ ਤੇਰੇ ਨਾਲ ਆ ਵੀਰੇ, ਮੈਂ ਅੰਪਾਇਰ ਖੜਾ, ਮੈਨੂੰ ਪਤਾ ਤੂੰ ਮੈਨੂੰ ਮੈਚ ਹਰਾ ਸਕਦਾ, ਮੈਂ ਤੈਨੂੰ ਆਊਟ ਦੇ ਦੂੰਗਾ ਜੀ, ਵੀ ਤੁਸੀਂ ਪਹਿਲਾਂ ਹੀ ਮੈਚ ਹਾਰ ਜਾਓ ਸਾਡੇ ਨਾਲ ਮੈਚ ਨਾ ਪਵੇ, ਇਹ ਗੱਲ ਹੋ ਸਕਦੀ ਹੈ ਨਾ ਵੀਰੇ? ਤਾਂ ਉੱਥੇ ਜੇ ਨਿਊਟਰਲ ਅੰਪਾਇਰ ਖੜੇ ਹੋਣਗੇ ਬਾਕੀ, ਪਲੱਸ ਵੀਰੇ ਉਹ ਬੰਦੇ ਜਿਹੜਾ ਸਾਰੀ ਜ਼ਿੰਦਗੀ ਕ੍ਰਿਕਟ ਨਾਲ ਰਿਹਾ, ਜੁੜਿਆ ਰਿਹਾ, ਆਪਣੇ ਸਾਹਮਣੇ ਗਰਾਊਂਡਾਂ 'ਚ ਆਪਣੇ ਜ਼ਿਲ੍ਹੇ ਲਈ ਖੇਡਦਾ ਰਿਹਾ, ਉਹ ਬੰਦਾ ਵੀ ਜੋ ਹੁਣ ਵਿਚਾਰਾ ਕੰਮ ਵੀ ਨਹੀਂ ਕਰ ਸਕਦਾ ਕੋਈ, ਠੀਕ ਹੈ ਏਜ਼ ਹੋ ਗਈ, ਅੰਪਾਇਰ ਤਾਂ ਖੜ ਸਕਦਾ, ਉਹਦਾ ਵੀ ਰੋਜ਼ੀ ਰੋਟੀ ਚੱਲੂਗੀ, ਨਾਲੇ ਉਹ ਕ੍ਰਿਕਟ ਨਾਲ ਜੁੜਿਆ ਰਹੂਗਾ। ਤਾਂ ਮੇਰੀ ਵੀਰੇ ਸਾਰੇ ਟੂਰਨਾਮੈਂਟ ਕਮੇਟੀਆਂ ਨੂੰ ਇਹੀ ਗੁਜ਼ਾਰਿਸ਼ ਆ ਵੀ ਆਪਾਂ ਟੂਰਨਾਮੈਂਟ ਜਦੋਂ ਕਰਾਉਂਦੇ ਹਾਂ ਨਾ, ਤਾਂ ਆਪਣੇ ਜ਼ਿਲ੍ਹੇ ਦਾ ਜਿਹੜਾ ਵੀ ਬੰਦਾ ਹੁਣ ਤੱਕ ਕ੍ਰਿਕਟ ਖੇਡਦਾ ਰਿਹਾ ਵੀਰੇ, ਉਹਨੂੰ ਗਰੀਬ ਘਰਦੇ ਨੂੰ ਆਪਾਂ ਜੋ ਵੀ ਹੈ, ਹੈ ਨਾ, ਉਹਨੂੰ ਵੀ ਅੰਪਾਇਰ ਖੜਾਵਾਂਗੇ, ਨਾਲੇ ਉਹ ਬੰਦੇ ਦਾ ਸਰਕਲ ਚੱਲੂਗਾ ਵੀਰੇ, ਨਾਲੇ ਉਹ ਕ੍ਰਿਕਟ ਨਾਲ ਜੁੜਿਆ ਰਹੂਗਾ। ਬਾਕੀ ਲਾ ਲਓ ਵੀਰੇ, ਇੱਕ ਬੋਲਾਂ ਕੱਟਣ ਵਾਲਾ ਮੈਨੂੰ ਰੂਲ ਬਹੁਤ ਵਧੀਆ ਨਹੀਂ ਲੱਗਦਾ, ਉਹਦੇ ਵਿੱਚ ਆਪਾਂ ਨੂੰ ਸੁਧਾਰ, ਲੁਧਿਆਣਾ ਸਾਈਡ ਜ਼ਿਲ੍ਹੇ ਵੀਰੇ ਟੂਰਨਾਮੈਂਟ ਹੁੰਦੇ ਨੇ ਜੀ, ਉਹ ਕੀ ਕਰਦੇ ਨੇ ਵੀਰੇ, ਉਹ ਕਹਿ ਦਿੰਦੇ ਨੇ ਤੁਹਾਡੇ ਨੂੰ ਰਨਾਂ ਦੀ ਵਲੰਟੀ ਲਾਤੀ ਜੀ, ਇੱਕ ਬੋਲ 'ਤੇ 6 ਰਨ ਬਣ ਜਾਣਗੇ ਵੀਰੇ ਜੀ, ਜੇ ਤੈਨੂੰ 3 ਬੋਲਾਂ ਕੱਟਤੀਆਂ ਤੂੰ ਬਣਾਉਣੇ ਤਾਂ 30 ਰਨ ਨੇ ਵੀਰੇ, 3 ਬੋਲਾਂ ਕੱਟੀਆਂ ਗਈਆਂ, ਤੂੰ 6 ਛੱਕੇ ਕਿਵੇਂ ਮਾਰ ਦੇਗਾ ਜੀ ਜੀ। ਤਾਂ ਉਹਦੇ ਕਰਕੇ ਚਾਹੀਦਾ ਵੀਰੇ, ਬੋਲਾਂ ਕੱਟਣ ਵਾਲਾ ਸਿਸਟਮ ਸਹੀ ਆ, ਗਲਤ ਆ ਸੋਰੀ, ਅਤੇ ਜਿਹੜੀਆਂ ਆਪਾਂ ਵੀ ਕਹਿ ਦਿੰਦੇ ਵੀ ਰਾਣਾ ਦੀ ਪਲੰਟੀ ਲਾਤੀ, ਉਹ ਠੀਕ ਆ ਵੀਰੇ, 2-2 ਓਵਰ ਪਲੰਟੀ, ਹੁਣ ਐਂ ਲਾ ਲਓ 21 ਓਵਰ ਦੀ ਪਲੰਟੀ ਲੱਗ ਜਾਂਦੀ ਆ, ਹੈ ਨਾ, ਸਾਨੂੰ ਵੀ ਬਹੁਤ ਵਾਰੀ ਲੱਗੀ ਆ, ਹੁਣ ਐਂ ਲਾ ਲਓ 25 ਗੇਂਦਾਂ ਦਾ 1 ਓਵਰ ਘੱਟ ਦਿੰਦੇ ਆ, 25 ਬੋਲਾਂ ਦਾ ਮੈਚ ਆ, 25 ਬੋਲਾਂ ਦੇ ਵਿੱਚੋਂ 5 ਬੋਲਾਂ ਦੀ ਪਲੰਟੀ ਲੱਗ ਗਈ ਜੀ, ਉਹ 5 ਬੋਲਾਂ ਨਹੀਂ ਰਿਕਵਰ ਹੋ ਸਕਦੀਆਂ। ਜੇ ਉੱਥੇ ਸਾਨੂੰ 1 ਬੋਲ ਦੇ ਗੇਂਦ ਆਪਾਂ 3 ਰਨ ਵੀ ਲਾਈਏ ਤਾਂ 5-15 ਰਨ ਬਣੇ ਜੀ, ਅਤੇ ਉਹ 5 ਰਨ ਅਸੀਂ ਪਿਛਲੀਆਂ 5 ਬੋਲਾਂ 'ਚ ਵੀ ਬਣਾ ਕੇ ਜਿੱਤ ਸਕਦੇ ਹਾਂ, ਤਾਂ ਸਾਰੀਆਂ ਦੋਨਾਂ ਟੀਮਾਂ ਨੂੰ ਠੀਕ ਆ, ਲੇਟ ਹੋ ਜਾਂਦੀ ਆ ਟੀਮ ਵੀਰੇ, ਹੈ ਨਾ, ਤਾਂ ਵੀ ਆਪਾਂ ਨੂੰ ਬੋਲਾਂ ਦੀ ਪਲੰਟੀ ਨਾਲ ਆਪਾਂ ਨੂੰ ਰਨ ਦੀ ਪਲੰਟੀ ਲਾਉਣੀ ਮੈਂ ਕਹਿੰਦਾ ਬੈਟਰ ਆ। ਬਾਕੀ ਠੀਕ ਹੈ ਵੀਰੇ, ਆਪਦੀ ਕਮੇਟੀਆਂ ਦੇ, ਹੈ ਨਾ, ਜੋ ਵੀ ਬੰਦਾ ਕਰਾਉਂਦਾ ਜਿਹੜਾ ਮੂਹਰੇ ਮੋਢੀ ਆ ਜੋ ਵੀ ਹੈ ਉਹ ਆਪਦੇ ਬੰਦੇ ਨੇ ਲਾਉਣੀ ਆ, ਪਰ ਮੇਰਾ ਕਹਿਣਾ ਇਹੀ ਹੈ, ਚਲੋ ਦੇਖੋ ਵੀਰੇ ਸਾਰੀ ਜ਼ਿੰਦਗੀ ਆਪਾਂ ਨੂੰ ਗਰਾਊਂਡਾਂ 'ਚ ਲੰਘੀ ਖੇਡਦਿਆਂ ਨੂੰ, ਕਹਿੰਦੇ ਨਹੀਂ ਹੁੰਦੇ ਵੀ ਜੋ ਬੰਦਾ ਜਿਹੜੇ ਵੀ ਸਾਈਡ ਦੇ ਵਿੱਚ ਕੰਮ ਕਰਦਾ ਉਹਨਾਂ ਦੇ ਵਿੱਚ ਐਕਸਪਰਟ ਹੋ ਜਾਂਦਾ, ਇੱਦਾਂ ਦੀਆਂ ਛੋਟੀਆਂ ਛੋਟੀਆਂ ਗੱਲਾਂ ਕਰਕੇ ਵੀਰੇ ਆਪਾਂ ਦੇਖਦੇ ਟੂਰਨਾਮੈਂਟਾਂ 'ਚ ਰੋਲਾ ਪੈ ਜਾਂਦਾ ਅੰਪਾਇਰਿੰਗ ਕਰਕੇ, ਤਾਂ ਜੇ ਉੱਥੇ ਬੰਦਾ ਆਪਦਾ ਹੀ ਨਿਊਟਰਲ ਅੰਪਾਇਰ ਖੜਾ ਹੋਊ ਪ੍ਰੈਜੈਂਟ ਟਾਈਮ ਦੇ ਵਿੱਚ, ਜੋ ਵੀ ਬੰਦੇ ਨੂੰ
ਗੱਲਾਂ ਵਧੀਆ ਨਹੀਂ ਲੱਗਦੀਆਂ ਮੈਚਾਂ ਦੇ ਵਿੱਚ ਜਦੋਂ ਆਪਾਂ ਟੂਰਨਾਮੈਂਟ ਕਰਾਇਆ ਤਾਂ ਮੇਰੀ ਵੀਰੇ ਇਹੀ ਕਹਿਣਾ ਵੀ ਅੰਪਾਇਰ ਬਾਹਰਲੇ ਹੋਣੇ ਚਾਹੀਦੇ ਆ ਅਤੇ ਬਾਕੀ ਜਿਹੜੇ ਬੰਦੇ ਵਿਚਾਰੇ ਕ੍ਰਿਕਟ ਨਾਲ ਪੁਰਾਣੇ ਜੁੜੇ ਨੇ ਉਹਨਾਂ ਨੂੰ ਅੰਪਾਇਰ ਖੜਾਓ ਨਾਲੇ ਉਹਨਾਂ ਦੀ ਮਦਦ ਹੋਵੇ ਨਾਲੇ ਟੂਰਨਾਮੈਂਟ ਵਧੀਆ ਵੀਰੇ ਜਦੋਂ ਆਪਾਂ 2-2 ਲੱਖ ਰੁਪਏ ਲਾਉਣਾ ਜੇ 10,000 ਰੁਪਇਆ ਜਾਂ 15,000 ਰੁਪਏ ਐਕਸਟਰਾ ਲੱਗੂ ਜੀ ਤਾਂ ਕੋਈ ਫਰਕ ਨਹੀਂ ਪੈਂਦਾ ਵੱਡਾ ਵੀਰੇ ਇੱਕ ਹੋਰ ਸੁਣਨ 'ਚ ਆਇਆ ਕਹਿੰਦੇ ਵੀ ਕਾਲੀ ਜਦੋਂ ਵੀ ਜਾਂਦਾ ਓਪਨਿੰਗ ਖੇਡਣੀ ਜ਼ਿਆਦਾ ਪਸੰਦ ਕਰਦਾ ਕਿਉਂਕਿ ਉਹ ਤਕੜੇ ਬੋਲਰਾਂ ਤੋਂ ਨਹੀਂ ਡਰਦਾ ਹੁਣ ਤੱਕ ਜਦੋਂ ਤੋਂ ਖੇਡਣਾ ਸ਼ੁਰੂ ਕੀਤਾ ਉਹਨਾਂ ਨੇ ਹਾਂਜੀ ਹਾਂ ਅਤੇ ਦੁਨੀਆ ਦੇ ਵਿੱਚ ਕਹਿੰਦੇ ਜ਼ਿਆਦਾਤਰ ਲੋਕ ਉਹਨੂੰ ਕਾਸਕੋ ਦੇ ਵਿੱਚ ਮੈਂਟਲ ਵੀ ਕਹਿੰਦੇ ਨੇ ਦਾ ਵੀਰੇ ਬਸ ਕੀ ਪਿਆਰ ਨਾਲ ਕਹਿੰਦੇ ਨੇ ਕਹਿੰਦੇ ਬਾਈ ਤੂੰ ਛਿੱਕੇ ਲਗਾਤਾਰ ਮਾਰਦਾ ਤੈਨੂੰ ਕਹਿੰਦੇ ਰੋਕ ਲਾ ਉਹ ਗੱਲ ਪਿੱਛੇ ਮੈਂਟਲ ਸਾਡਾ ਨਵ ਮੁੰਡਾ ਬਰਨਾਲੇ ਤੋਂ ਖੇਡਦਾ ਉਹ ਬਸ ਉਵੇਂ ਪਿਆਰ 'ਚ ਵੀਰੇ ਜਿਵੇਂ ਆਪਾਂ ਕਹਿ ਦਿੱਤਾ ਵੀ ਹੁਣ 3 ਛਿੱਕੇ ਮਾਰੇ ਹੈ ਨਾ ਆਪਾਂ ਵੀ ਚੌਥੀ ਤਾਂ ਹੁਣ ਬੰਦਾ ਕਹਿੰਦਾ ਵੀ ਮੈਂ ਆਊਟ ਨਾ ਹੋ ਜਾ ਰੋਕ ਲਾ ਪਰ ਮੈਂ ਇਹਦੇ ਮਾਇੰਡ 'ਚ ਕਦੀ ਆਇਆ ਨਹੀਂ ਵੀ ਰੋਕ ਲਾ ਆਪਾਂ ਨੂੰ ਐਂ ਵੀ ਮਾਰ ਕੋਈ ਨਾ ਆਊਟ ਹੋਣਾ ਤਾਂ ਕ੍ਰਿਕਟ ਦਾ ਪਾਰਟ ਆਫ ਗੇਮ ਆਪਾਂ ਖੇਡ ਰਹੇ ਹਾਂ ਉਹ 'ਚ ਜੋ ਹੋਣਾ ਹੈ ਨਾ ਵੀਰੇ ਉਹ ਤਾਂ ਹੋਣਾ ਹੀ ਆ ਇਸ ਗੱਲ ਪਿੱਛੇ ਮੇਰਾ ਨਾ ਮੈਂਟਲ ਮੈਨੂੰ ਪਿਆਰ ਨਾ ਚੱਲ ਲੋਕਲ ਕਹਿੰਦੇ ਆ ਵੀ ਪੱਕਾ ਨਾਮ ਕੀ ਤੁਹਾਡਾ ਪੱਕਾ ਨਾਮ ਵੀਰੇ ਮੇਰਾ ਜਾਵੇਦ ਖਾਨ ਵਾਰਸੀ ਹੈ ਜੀ 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 ਜੇ ਗੱਲ ਕਰੀਏ ਕਮੇਟੇਟਰਾਂ ਦੀ ਇਹਦੇ ਵਿੱਚ ਨਾ ਜ਼ਿਆਦਾਤਰ ਮੈਚਾਂ ਨੂੰ ਵਧੀਆ ਬਣਾਉਣ ਦੇ ਵਿੱਚ ਅਹਿਮ ਯੋਗਦਾਨ ਕਮੇਟੇਟਰਾਂ ਦਾ ਰਹਿੰਦਾ ਇਹਨਾਂ ਦੇ ਵਿੱਚੋਂ ਤੁਹਾਡਾ ਪਸੰਦੀਦਾ ਕਮੇਟੇਟਰ ਕਿਹੜਾ ਮੇਰਾ ਪਸੰਦੀਦਾ ਹੈ ਜੀ ਕਪਿਲ ਧੂਰੀ ਵਾਲਾ ਜੀ ਕਿਉਂਕਿ ਊਂ ਵੀ ਗਰਾਊਂਡ ਤੋਂ ਬਾਅਦ ਵੀ ਵੀਰੇ ਸਾਨੂੰ ਲੋਕਲ ਇੱਥੇ ਕਈ ਵਾਰ ਬਹੁਤ ਵਾਰੀ ਮਿਲਦਾ ਰਾਹ 'ਚ ਹੋਰ ਵਧੀਆ ਨੇਚਰ ਆ ਬੰਦੇ ਦਾ ਬਾਕੀਆਂ ਲਾ ਲਓ ਵੀ ਜਦੋਂ ਦਾ ਉਹ ਧੂਰੀ ਨਾਈਟ ਟੂਰਨਾਮੈਂਟ ਹੁੰਦਾ ਸੀਗਾ ਉਦੋਂ ਦਾ ਅਸੀਂ ਉਹਨੂੰ ਜਾਣਦੇ ਹਾਂ ਵੀਰੇ ਉਦੋਂ ਆ ਜਿੰਨੇ ਹੁਣ ਨਵੇਂ ਕਮੈਂਟੇਟਰ ਕੋਈ ਨਹੀਂ ਹੁੰਦੇ ਉਹ ਵੀ ਕਹਿਣ ਦਾ ਭਾਵ ਉਹਨੂੰ ਐਕਸਪੀਰੀਅੰਸ ਵੀ ਬਹੁਤ ਆ ਅਤੇ ਬੰਦਾ ਬਾਕੀ ਵੀਰੇ ਜੋ ਮਿਲਣਸਾਰ ਹੁੰਦਾ ਉਹ ਵਧੀਆ ਲੱਗਦਾ ਹੁੰਦਾ ਹੈ ਨਾ ਜੋ ਆਪਾਂ ਨੂੰ ਮਿਲਦਾ ਅਤੇ ਇਸ ਕਰਕੇ ਆਪਣਾ ਬੈਸਟ ਕਪਿਲ ਧੂਰੀ ਹੈ ਆ ਖੇਡ ਦੇ ਨਾਲ ਨਾਲ ਤੁਹਾਡਾ ਪਾਰਟ ਟਾਈਮ ਕੀ ਕਾਰੋਬਾਰ ਆ ਫਿਲਹਾਲ ਤਾਂ ਵੀਰੇ ਕ੍ਰਿਕਟ ਖੇਡਦਾ ਰਿਹਾ ਹੈ ਨਾ ਆਪਾਂ ਕ੍ਰਿਕਟ ਕੋਚਿੰਗ ਵੀ ਰਹੀ ਹੈ ਮੇਰੇ ਕੋਲ MTIS ਮਦਰ ਟੀਚਰ ਸਕੂਲ ਦੀ ਮੈਂ ਹੰਡਿਆਏ ਕੋਚਿੰਗ ਸੈਂਟਰ ਚਲਾਇਆ 2-3 ਸਾਲ ਉੱਥੇ ਲਾਏ ਫਿਰ ਕ੍ਰਿਕਟ ਖੇਡਣ ਕਰਕੇ ਵੀਰੇ ਜ਼ਿਆਦਾਤਰ ਤਾਂ ਮੈਂ ਜੋਬ ਨਹੀਂ ਕਰ ਸਕਦਾ ਮੈਨੂੰ ਐਂ ਹੁੰਦਾ ਵੀ ਫਿਰ ਅਗਲਾ ਕਹਿੰਦਾ ਯਾਰ ਮਿਸ ਕਰਦਾ ਤੂੰ ਛੁੱਟੀਆਂ ਮਾਰਦਾ ਤਾਂ ਕਰਕੇ ਵੀ ਕ੍ਰਿਕਟ ਖੇਡਣ ਕਰਕੇ ਮੈਂ ਜ਼ਿਆਦਾ ਜੋਬ ਨਹੀਂ ਕੋਈ ਵੀ ਕੀਤੀ ਅਤੇ ਹੁਣ ਲਾ ਲਓ ਵੀ ਮੈਂ ਵੀਰੇ ਅਕੈਡਮੀ ਖੋਲ੍ਹ ਰਿਹਾ ਆਪਣੇ ਨਵੇਂ ਸਾਲ 'ਤੇ ਆਪਾਂ ਓਪਨਿੰਗ ਕਰ ਦੇਣੀ ਆ ਉੱਥੇ ਅਸੀਂ ਨੈੱਟ ਪ੍ਰੈਕਟਿਸ ਲਾ ਰਹੇ ਹਾਂ ਅਤੇ ਮਸ਼ੀਨ ਲਾ ਕੇ ਜੋ ਵੀ ਜਿਵੇਂ ਲੋਕਲ ਵੀਰੇ ਕਈ ਪੁਰਾਣੇ ਬੰਦੇ ਨੇ ਹੈ ਨਾ ਉਹ ਅਕੈਡਮੀਆਂ ਨਹੀਂ ਜਾ ਸਕਦੇ ਤਾਂ ਘੰਟਾ 2 ਘੰਟੇ ਫਨ ਕਰਨ ਲਈ ਸਾਡੇ ਕੋਲ ਉੱਥੇ ਮਸ਼ੀਨ ਲਾਵਾਂਗੇ ਅਤੇ ਉੱਥੇ ਉਹਨਾਂ ਦੇ ਫਨ ਕਰਨ ਲਈ ਆਪਾਂ ਉੱਥੇ ਖਿਲਾਇਆ ਕਰਾਂਗੇ ਬੱਚਿਆਂ ਨੂੰ ਵੀ ਨਵਿਆਂ ਨੂੰ ਜਿਵੇਂ ਮੇਰਾ ਬੇਟਾ ਹੋ ਗਿਆ ਹੋਰ ਵੀਰੇ ਜਿੰਨੇ ਖੇਡਣ ਵਾਲੇ ਮੇਰੇ ਯਾਰ ਦੋਸਤ ਪੁਰਾਣੇ ਉਹਨਾਂ ਦੇ ਬੇਟਿਆਂ ਨੂੰ ਆਪਾਂ ਪੂਰੀ ਫੁੱਲ ਸਪੋਰਟ ਕਰਨੀ ਆ ਵੀਰੇ ਕ੍ਰਿਕਟ ਦੇ ਲਈ ਹੀ ਆਪਾਂ ਆਪਣੀ ਜ਼ਿੰਦਗੀ ਨੂੰ ਲਾਇਆ ਹੋਇਆ ਵਾਸ ਵੀ ਕ੍ਰਿਕਟ ਹੀ ਕਰਾਉਣੀ ਆ ਕ੍ਰਿਕਟ ਹੀ ਖੇਲੀ ਆ ਕ੍ਰਿਕਟ ਹੀ ਕਰਾਈ ਜਾਣੀ ਆ ਹੋਰ ਕੁਛ ਨਹੀਂ ਕਰਨਾ ਆਪਣੇ ਏਰੀਏ ਦਾ ਸਭ ਤੋਂ ਤੁਹਾਨੂੰ ਵਧੀਆ ਟੂਰਨਾਮੈਂਟ ਕਿਹੜਾ ਲੱਗਦਾ ਜਿਹੜਾ ਤੁਸੀਂ ਖੇਡਣਾ ਜ਼ਿਆਦਾ ਪਸੰਦ ਕਰਦੇ ਹੋ ਸਾਡਾ ਵੀਰੇ ਮੈਲ ਗੱਲਾਂ ਦਾ ਅਸੀਂ ਆਈ ਵਾਰ ਉੱਥੇ ਜਿੱਤਦੇ ਹਾਂ ਫਸਟ ਸੈਕਿੰਡ ਤਾਂ ਕਰਕੇ ਉਹ ਚੰਗਾ ਲੱਗਦਾ ਬਾਕੀ ਵਧੀਆ ਹੁੰਦਾ ਵੀਰੇ ਟੂਰਨਾਮੈਂਟ ਵੀ ਉਹ ਹੈ ਨਾ ਬਾਕੀ ਹੁਣ ਥੋੜ੍ਹੇ ਟਾਈਮ 'ਚ ਆਉਣ ਵਾਲਾ ਵੀ ਇਨਸ਼ਾਅੱਲਾ ਐਕਟੀ ਵੀ ਅਸੀਂ ਜਿੱਤਾਂਗੇ ਵੀਰੇ ਪੂਰਾ ਜ਼ੋਰ ਲਾਵਾਂਗੇ ਉੱਥੇ ਸਾਨੂੰ ਉਹ ਟੂਰਨਾਮੈਂਟ ਵਧੀਆ ਲੱਗਦਾ ਬਾਕੀ ਹੋਰ ਟੂਰਨਾਮੈਂਟ ਬਹੁਤ ਨੇ ਵੀਰੇ ਵਧੀਆ ਟੂਰਨਾਮੈਂਟ ਦੀ ਗੱਲ ਕਰੀਏ ਬਹੁਤ ਨੇ ਪਰ ਇੱਥੇ ਟੂਰਨਾਮੈਂਟ ਜਿੱਤਣ ਕਰਕੇ ਕੁਝ ਜ਼ਿਆਦਾ ਵਧੀਆ ਲੱਗਦਾ ਵੀ ਹਾਂ ਉੱਥੇ ਸਾਡੀ ਟੀਮ ਸਾਰੀ ਇਕੱਠੀ ਖੇਡਦੇ ਹਾਂ ਅਸੀਂ ਹੈ ਨਾ ਜੁੜ ਜਾਂਦੇ ਹਾਂ ਤਾਂ ਕਰਕੇ ਬੜਾ ਵਧੀਆ ਲੱਗਦਾ ਕਿਉਂਕਿ ਉੱਥੇ ਅਸੀਂ ਸਾਰੀ ਟੀਮ ਜਿੰਨੇ ਵੀ ਸਾਡੇ ਪਲੇਅਰ ਪੁਰਾਣੇ ਖੇਡਦੇ ਸੀ ਮੇਰੇ ਵਾਲੇ ਟਾਈਮ ਦੇ ਵੀ ਹੋਰ ਅਸੀਂ ਸਾਰੇ ਇਕੱਠੇ ਹੋ ਕੇ ਖੇਡਦੇ ਹਾਂ ਉਹ ਤਾਂ ਵਧੀਆ ਲੱਗਦਾ ਜ਼ਿਆਦਾਤਰ ਕਲੋਜ਼ ਹੋਣ ਕਰਕੇ ਅਸੀਂ ਸਾਰੇ ਇਕੱਠੇ ਹੋ ਜਾਂਦੇ ਹਾਂ ਜੀ ਇਹ ਸਨ ਸਾਡੇ ਨਾਲ ਬਾਈ ਕਾਲੀ ਬਰਨਾਲੇ ਤੋਂ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਸਾਡੇ ਚੈਨਲ ਨਾਲ ਜੁੜਨ ਦੇ ਲਈ ਧੰਨਵਾਦ ਜੀ